ਜਿਹੜੀ ਜੋ ਉਥੇ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਆਈਸੀ ਖੁਦਾਬਾਪ ਨੇ ਹਾਨੂੰ ਇੱਕ ਦਰਸ਼ਨ ਦਿੱਤਾ ਹਮਿੰ ਚਲਾਈਆ ਕਿ ਆਪਾਂ ਜ਼ਿਆਦਾ ਤੌਰ ਤੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਚੋਂ ਬਾਹਰ ਕੱਢ ਸਕੀਏ ਆ ਤੁਹਾਨੂੰ ਪਤਾ ਹੈ ਅੱਜ ਜੋ ਸਾਡੀ ਜਵਾਨੀ ਜੋ ਖਾ ਰਿਆ ਉਹ ਇੱਕ ਨਸ਼ਾ ਤੁਹਾਨੂੰ ਪਤਾ ਅੱਜ ਚਿੱਟੇ ਦਾ ਕਿੰਨਾ ਜ਼ੋਰ ਹੈ ਔਰ ਕਿੰਨੇ ਨਸ਼ੇ ਅੱਜ ਪੰਜਾਬ ਦੇ ਵਿੱਚ ਵੱਧ ਚੁੱਕੇ ਨੇ ਔਰ ਇਹ ਲਈ ਇਹਨਾਂ ਨੂੰ ਦਰਸ਼ਨ ਮਿਲਿਆ ਪਰਮੇਸ਼ਰ ਦੀ ਔਰਤੋਂ ਕਿ ਅਸੀਂ ਉਹਨਾਂ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਗਲੀਆਂ ਮਹੱਲਿਆਂ ਜਾ ਕੇ ਜੂਤ ਮੀਟਿੰਗਾਂ ਕਰੀਏ ਤਾਂ ਜੋ ਅਸੀਂ ਇੱਕ ਵਾਛੇ ਤਰੀਕੇ ਨਾਲ ਉਹਨਾਂ ਨੂੰ ਇੱਕ ਮੈਸੇਜ ਦੇ ਕੇ ਉਹਨਾਂ ਨੂੰ ਬਾਈਬਲ ਟੂ ਅਕੋਰਡਿੰਗ ਕਲਾਮ ਦੱਸ ਕੇ ਉਹਨਾਂ ਨੂੰ ਇਸ ਨਸ਼ੇ ਤੋਂ ਬਾਹਰ ਕੱਢ ਸਕੀਏ ਔਰ ਇਹੀ ਚਾਹੁੰਦੇ ਆ ਕਿ ਹਰ ਕੋਈ ਵਿਅਕਤੀ ਸਾਡਾ ਮਿਲ ਕੇ ਸਾਥ ਦੇਵੇ ਔਰ ਇਹਦੇ ਵਿੱਚ ਆਪਾਂ ਚਾਰ ਗੱਲਾਂ ਮੁੱਖ ਰੱਖਿਆ ਸੀ ਉਹ ਚਾਰ ਗੱਲਾਂ ਇਹਨਾਂ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਪਹਿਲੀ ਗੱਲ ਇਹ ਆ ਕਿ ਅਸੀਂ ਚਾਹੁੰਦੇ ਆ ਕਿ ਹਰ ਜੋ ਜੂਥਾ ਪੰਜਾਬ ਦਾ ਉਹ ਨਸ਼ੇ 'ਚ ਬਾਹਰ ਆਵੇ ਔਰ ਦੂਸਰੀ ਗੱਲ ਜਿਹੜੀ ਦੂਸਰੀ ਗੱਲ ਹੈ ਉਹ ਹੈ ਬੇਵਿਚਾਰ ਬੇਵਿਚਾਰ ਜਾਨੀ ਕਿ ਪਾਪ ਪਾਪ ਜੋ ਅੱਜ ਕੱਲ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਕੁੜੀਆਂ ਮੁੰਡਿਆਂ ਦੇ ਵਿੱਚ ਆਪਣੀ ਇੱਛਾ ਨਾਲ ਮੈਰਿਜ ਆਪਣੀ ਇੱਛਾ ਦੇ ਨਾਲ ਸਭ ਕੁਝ ਕਰਦੇ ਪਏ ਨੇ ਅਸੀਂ ਚਾਹੁੰਦੇ ਆ ਕਿ ਉਹ ਆਪਣੇ ਮਾਪੇ ਬਾਬ ਦੀ ਇੱਜ਼ਤ ਨੂੰ ਵੀ ਦੇਖਣ ਆਪਣੀ ਚਰਚ ਦੀ ਇੱਜ਼ਤ ਨੂੰ ਦੇਖਣ ਹਰ ਇੱਕ ਚੀਜ਼ ਨੂੰ ਤੇ ਧਿਆਨ ਦੇਣ ਔਰ ਚੌਥੀ ਗੱਲ ਸੀ ਔਰ ਚੌਥੀ ਤੋਂ ਪਹਿਲਾਂ ਜਿਹੜੀ ਦੱਸਣੀ ਜਾਨੇ ਉਹ ਸੀ ਪੜਾਈ ਦੀ এডਿਕੇਸ਼ਨ ਅਸੀਂ ਕਹਿੰਨੇ ਆ ਕਿ ਜੋ ਅੱਜ এডਿਕੇਸ਼ਨ ਬੜੀ ਜ਼ਰੂਰੀ ਆ ਪੜਾਈ ਜ਼ਰੂਰੀ ਆ ਔਰ ਮਾਪੇ ਵੀ ਧਿਆਨ ਦੇਣ ਆਪਣੇ ਬੱਚਾ ਤੇ ਔਰ ਬੱਚੇ ਜੋ ਸਕੂਲ ਜਾ ਰਹੇ ਨੇ ਬਟ ਪੜ੍ਹ ਨਹੀਂ ਰਹੇ ਅਹੀਂ ਹਰ ਇੱਕ ਨੂੰ ਇੱਕ ਕਾਉਂਸਲਿੰਗ ਦਿੱਤੀ ਆ ਕਿ ਆਪਣੀ ਪੜ੍ਹਾਈ ਤੇ ਆਪਣੀ ਸਟੱਡੀ ਤੇ ਧਿਆਨ ਦੇਣ ਤਾਂ ਜੋ ਆਉਣ ਵਾਲੇ ਦਿਨਾਂ ਚ ਉਹਨਾਂ ਦਾ ਭਵਿੱਖ ਔਰ ਸਾਡੇ ਪੰਜਾਬ ਦਾ ਭਵਿੱਖ ਅੱਛਾ ਹੋ ਸਕੇ ਔਰ ਜੀ ਲਾਸਟ ਗੱਲ ਸੀ ਉਹ ਹੈ ਬੇਰੋਜ਼ਗਾਰੀ ਦੀ ਅੱਜ ਤੁਹਾਨੂੰ ਪਤਾ ਹਰ ਘਰ ਦੇ ਵਿੱਚ ਬੇਰੋਜ਼ਗਾਰੀ ਆ ਕੋਈ ਕੰਮ ਨਹੀਂ ਆ ਬਟ ਫਿਰ ਵੀ ਜੋ ਸਾਡੀ ਚਰਚ ਵੱਲੋਂ ਐ ਕਮਿਊਨਿਟੀ ਵੱਲੋਂ ਕੋਸ਼ਿਸ਼ ਕੀਤੀ ਗਈ ਆ ਕਿ ਆਪਾਂ ਉਹਨਾਂ ਨੂੰ ਛੋਟੇ-ਛੋਟੇ ਰੋਜ਼ਗਾਰ ਦੇ ਕੇ ਛੋਟੀਆਂ-ਛੋਟੀਆਂ ਸੈਂਟਰ ਦੇ ਕੇ ਜਿੱਦਾਂ ਕਿ ਨੌਜਵਾਨ ਬੇਟੀਆਂ ਨੇ ਬੇਟੀਆਂ ਦੇ ਜਿਹੜਾ ਪਿੰਡ ਚ ਇੱਕ ਚ ਆ ਉਹਨਾਂ ਨੂੰ ਆਪਾਂ 2-4 ਮਸ਼ੀਨਾ ਦੇ ਕੇ ਤੇ ਉਹਨਾਂ ਨੇ ਸਲਾਈ ਸੈਂਟਰ ਖਲਾ ਸਕੀ ਤਾਂ ਜੋ ਉਹਨਾਂ ਦਾ ਵੀ ਰੋਜ਼ਗਾਰ ਚੱਲ ਸਕੇ ਤੇ ਉਹ ਅੱਛੇ ਤਰੀਕੇ ਨਾਲ ਰੋਟੀ ਖਾ ਸਕਣ ਔਰ ਜੋ ਜੂਥ ਹੈ ਜੂਥ ਲਈ ਵੀ ਇਹੀ ਆ ਕਿ ਆਪਾਂ ਛੋਟਾ ਛੋਟਾ ਕਰਕੇ ਸਾਰੇ ਤੇ ਆਪਾਂ ਉਹਨਾਂ ਦੇ ਕੋਈ ਨਾ ਕੋਈ ਐਸਾ ਠੇਲਾ ਲਗਾ ਸਕੀਏ ਫਰੂਟ ਦਾ ਜੂਸ ਦਾ ਛੋਟੇ ਛੋਟੇ ਕੰਮ ਛੋਟੇ ਛੋਟੇ ਬਿਜ਼ਨਸ ਖੋਲ ਕੇ ਤਾਂ ਜੋ ਪਰਮੇਸ਼ਰ ਉਹਨਾਂ ਨੂੰ ਹੋਰ ਬਰਕਤ ਦੇ ਸਕੀ। ਜੀ ਡੀ ਸਾਹਿਬ ਜੀ ਮੀਟਿੰਗ ਜਿਹੜੀ ਆ ਪੰਜਾਬ ਵਿੱਚ ਚੱਲ ਰਹੀ ਆ। ਇਹ ਸਾਰ ਪੰਜਾਬ ਚ ਚੱਲਣਗੀ ਔਰ ਜਿੱਥੋਂ ਤੱਕ ਸਾਡੀ ਕੋ ਖੁਦਾ ਨੇ ਚਾਹਿਆ ਤਾਂ ਇਹ ਪੰਜਾਬ ਤੱਕ ਪਹੁੰਚਾਂਗੇ ਔਰ ਜਰੂਰ ਪਰਮੇਸ਼ਵਰ ਦੇ ਫਜ਼ਲ ਦੇ ਖੁਦਾ ਦੇ ਫਜ਼ਲ ਦੇ ਦੁਆਰਾ ਆਪਾਂ ਉਥੇ ਤੱਕ ਪਹੁੰਚਾਂਗੇ ਸਾਡੇ ਵੱਲੋਂ ਕਿਹਾ ਜਿਹੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਜੇ ਮੰਨ ਲਓ ਕੋਈ ਜੋ ਤੁਹਾਨੂੰ ਬੁਲਾਣਾ ਚਾਹੁੰਦਾ ਹੈ ਉਹ ਤਾਂ ਤੁਹਾਡੇ ਨਾਲ ਕਿੱਦਾਂ ਸੰਪਰਕ ਜਿਹੜਾ ਕਰ ਸਕਦਾ ਹੈ ਐਮਰਤ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਮੇਰੇ ਨਾਲ ਜਿੱਦਾਂ ਸਾਡੇ ਯੂਥ ਪ੍ਰਧਾਨ ਨੇ ਸਾਡੇ ਲਾਡੀ ਜੀ ਸਾਡੇ ਯੂਥ ਪ੍ਰਧਾਨ ਨੇ ਮਿਕਾ ਜੀ ਸਾਡੇ ਕੋਲ ਚਰਚ ਦੇ ਨੰਬਰ ਨੇ ਸਾਡੇ ਹਲਫ ਲੈਣ ਨੰਬਰ ਨੇ ਜਿੱਦਾਂ ਕਿ ਮੈਂ ਇੱਕ ਨੰਬਰ ਬੋਲ ਲਗਾ ਤੁਸੀਂ ਉੱਥੇ ਵੀ ਕਾਲ ਕਰ ਸਕਦੇ ਹੋ 77 172 72 77 77171 72 777 ਇੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਇੱਕ ਹੋਰ ਨੰਬਰ ਨੋਟ ਕਰ ਸਕਦੇ ਤੁਸੀਂ 9780 505277 ਇੱਥੇ ਵੀ ਆਪਾਂ ਜਿਹੜਾ ਹਨ ਯੂਥ ਬੁਲਾਣਾ ਚਾਹੁੰਦੇ ਆ ਇੱਥੇ ਸੰਪਰਕ ਕਰ ਸਕਦੇ ਨੇ ਔਰ ਐਵਰੀ ਟਾਈਮ ਐਵਰੀ ਨਾਈਟ ਮਤਲਬ ਕਿ 24 ਘੰਟੇ ਨੰਬਰ ਦੋਨੋਂ ਖੁੱਲੇ ਨੇ ਔਰ ਤੁਸੀਂ ਕਦੋਂ ਵੀ ਇੱਥੇ ਕਾਲ ਕਰ ਸਕਦੇ ਹੋ ਉਹ ਬਾਈ ਦੀ ਕਿਸ ਨੂੰ ਹੋਰ ਵੀ ਕਿਸੇ ਕੰਮ ਤੇ ਜ਼ਰੂਰਤ ਪੈਂਦੀ ਆ ਅਸੀਂ ਤੁਹਾਡਾ ਜਾਨ ਲਈ ਕੰਮ ਕਰਨ ਲਈ ਪ੍ਰਭੂ ਯਿਸੂ ਮਸੀਹ ਨਾਲ ਚ ਸਹਿਮਤ ਹੈ। ਪਛ ਜਿਹੜਾ ਤੁਸੀਂ ਅੱਜ ਸ਼ੁਰੂਆਤ ਕੀਤੀ ਹੈ ਜੂਥ ਨੂੰ ਆਪਣੇ ਨਾਲ ਜੋੜਨ ਦੀ ਜੇ ਮੰਨ ਲਓ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਤੇ ਉਹ ਕਿਸ ਤਰ੍ਹਾਂ ਆਪਣੀ ਜਿਹੜੀ ਆ ਸਹਾਇਤਾ ਕਰਵਾ ਸਕਦੇ। ਦੇਖੋ ਜੀ ਜਿੱਦਾਂ ਕਿ ਆਪਾਂ ਇਹ ਚਲਾਇਆ ਵਾ। ਆਲਰੇਡੀ ਇੱਕ ਛੋਟਾ ਜਿਹਾ ਸਾਡਾ ਗਰੁੱਪ ਅੱਗੇ ਚੱਲਦਾ ਪਿਆ ਵਾ। ਠੀਕ ਹੈ ਜੀ ਉਹਦਾ ਨਾਮ ਦੀਪ ਗੁਰੂ ਗੁਰੂ ਜੁੜਾ ਗਰੁੱਪ ਆ। ਜੁੜਾ ਗਰੁੱਪ ਆ। ਉਹ ਵੈਸੇ ਆਲਰੇਡੀ ਹੈਲਪ ਕਰਦਾ ਪਿਆ ਵਾ। ਔਰ ਜਿੱਥੇ ਦੀ ਕਾ ਹੋ ਸਕੇ ਆਪਾਂ ਜ਼ਰੂਰ ਕਰਾਂਗੇ ਔਰ ਇਹ ਸਾਡੀ ਕੋਸ਼ਿਸ਼ ਰਹੇਗੀ ਕਿ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਆ ਇਹ ਜੂਥ ਲੜਾਈ ਝਗੜਿਆਂ ਵਾਲਾ ਨਹੀਂ ਕਿ ਆਪਾਂ ਉਹ ਕਰਨੇ ਆ ਇਹ ਨਹੀਂ ਆ ਇਹ ਸਾਡਾ ਕੰਮ ਹੈ ਕਿ ਨੌਜਵਾਨਾਂ ਦੀ ਜਵਾਨੀ ਨੂੰ ਬਚਾਣਾ ਕਿਸੇ ਸੇਵਕ ਨੂੰ ਜ਼ਰੂਰਤ ਪੈਂਦੀ ਆ ਚਾਹੇ ਕਿਤੇ ਚਰਚ ਤੇ ਕੁਝ ਐਜਾਂ ਦੀਆਂ ਗੱਲਾਂ ਨੇ ਤੇ ਇਹ ਜੂਥ ਸਾਡਾ ਉੱਥੇ ਵੀ ਜਾਏਗਾ ਨਾ ਕਿ ਘਰੇ ਬੈਠਣ ਵਾਲਾ ਵਾ ਹਰ ਪੱਖੋਂ ਅਸੀਂ ਪ੍ਰਭੂ ਦੇ ਸੇਵਕਾਂ ਨਾਲ ਔਰ ਪ੍ਰਭੂ ਦੇ ਲੋਕਾਂ ਨਾਲ ਸਾਥ ਦੇਣ ਲਈ ਵੀ ਤਿਆਰ ਆਂ ਅਸੀਂ ਫੀਡ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਇਸ ਚੈਨਲ ਦੇ ਮਾਧਮ ਦੇ ਰਾਹੀਂ ਵੀਡੀਓ ਦੇਖ ਰਹੇ ਦੱਸ ਕੰਮ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਨਾ ਵਾ ਕਿ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਮੈਂ ਸੰਤ ਪਾਸਟਰਾਂ ਦੇ ਅੱਗੇ ਕਿ ਉਹ ਆਪਣੀ ਚਰਚਾਂ ਦੇ ਇੱਕ ਜੂਥ ਖੜੇ ਕਰਨ ਔਰ ਜੂਥ ਮੀਟਿੰਗਾਂ ਕਰਨ ਔਰ ਇੱਕ ਦੂਜੇ ਦਾ ਅਸੀਂ ਸਾਥ ਦਈਏ ਔਰ ਅਹੀਂ ਪੰਜਾਬ ਦੀ ਜਵਾਨੀ ਨੂੰ ਬਚਾ ਸਕੀ ਹੈ ਔਰ ਅੱਜ ਤੁਹਾਨੂੰ ਪਤਾ ਕਿਨੇ ਲੋਕ ਜੋ ਜੂਥ ਆ ਖਾਸ ਕਰਕੇ ਨਸ਼ੇ ਚ ਬੇਵਿਚਾਰ ਚ ਫਸਦਾ ਪਏ ਜੋ ਗੱਲਾਂ ਤੇ ਮੇਰਾ ਜ਼ਿਆਦਾ ਧਿਆਨ ਆ ਉਹ ਹੈ ਨਸ਼ਾ ਔਰ ਬੇਵਿਚਾਰ ਔਰ ਇਹ ਗੱਲਾਂ ਨਾ ਮੈਂ ਤੁਹਾਡੇ ਨਾਲ ਸਾਰਿਆਂ ਨੂੰ ਜੈਮਸ ਦੀ ਪ੍ਰਵਰਕ ਕਰ ਦੇਵੇ